ਸਤਿ ਸ਼੍ਰੀ ਅਕਾਲ ਵੀਰ ਜੀ, ਸਾਨੂੰ ਸੰਦੇਸ਼ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਵੀਰ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੁੰਗਾ, ਜ਼ਿਲ੍ਹਾ ਅੰਮ੍ਰਿਤਸਰ ਪੈਂਦੇ, ਤਹਿਸੀਲ ਬਾਬਾ ਕਾਲਾ। ਬਾਈ ਸੁੱਕੇ ਨਾਲ ਆ ਚੁੱਕੇ ਜੀ ਅੱਜ। ਫਿਰ ਆਪਾਂ ਅੱਜ ਵੀ ਬਾਈ ਉਹ 4-5 ਦੇ ਲਗਭਗ ਝੋਟੀਆਂ ਸੇਲ ਹੈ ਜੀ, ਬੜੀਆਂ ਸੋਹਣੇ ਸੋਹਣੇ ਝੋਟੀਆਂ ਲੈ ਕੇ ਆਉਂਦੇ ਆ। ਤੇ ਬਾਈ ਦਾ ਰੇਟ ਵੀ ਬਿਲਕੁਲ ਜਾਇਜ਼ ਹੀ ਹੁੰਦਾ, ਠੀਕ ਹੈ, ਬਾਹਲਾ ਰੇਟ ਨਹੀਂ ਕਰਦੇ। ਅਤੇ ਆਹ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਕਿ ਅੱਜ ਲਈ ਕੀ ਪ੍ਰਾਈਜ਼ ਹੈ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਬਾਈ ਜੀ ਤਾਂ ਕੈਸਟ ਕਰਨ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ। ਵਾਹ ਬਾਬਾ ਜੀ, ਇਹ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਵੱਧ ਸ਼ੇਅਰ ਕਰਦੇ ਕਰੋ। ਚਲੋ ਗਾਂ ਵੀ ਟੀਵੀ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਾਈ। ਹੋਰ ਬਾਈ ਜੀ ਠੀਕ ਠਾਕ ਜੀ, ਵਧੀਆ। ਕਿਵੇਂ ਚੱਲਦਾ ਜੀ ਕੰਮ? ਵਧੀਆ ਜੀ। ਚਲੋ ਹੋਰ ਸਰ, ਇੱਧਰ ਆਓ, ਮਾੜਾ ਹਨੇਰਾ ਜਿਹਾ ਇੱਧਰ ਪੈਂਦਾ। ਅੱਜ ਫਿਰ ਬਾਈ ਜੀ ਕਿੰਨੀਆਂ ਜੀ? ਅੱਜ 4 ਝੋਟੀਆਂ ਸੁਣੀਆਂ ਵਾ ਤੇ ਇੱਕ ਵੈੜ ਵਾ ਦੱਬਣਾ। ਠੀਕ ਆ। ਅੱਛਾ, ਬਾਹਰ ਆ ਕਰੀ ਸ਼ੁਰੂ ਜੀ ਫਿਰ। ਚਲੋ ਦੱਸੋ ਜੀ, ਇਹਦੇ ਬਾਰੇ ਦੱਸੋ। ਅੱਛਾ ਜੀ, ਠੀਕ। ਅੱਛਾ, 4 ਦਿਨ ਦਾ ਬਾ, ਠੀਕ ਆ। ਤੋਰੋ ਲਓ ਜੀ, ਦੇਖੋ ਬਾਹਲੀ ਸੀਲ ਲਾ ਗਈ ਝੋਟੀ ਦਾ। ਹਾਂ ਵੇਖੋ ਜੀ। ਤੇ ਬਾਈ ਜੀ ਕਿੰਨਾ ਕੁ ਫਿਰ ਬੋਲਾ ਜੀ? ਬਾ ਠੀਕ ਹੈ ਜੀ, ਵਾਹ ਜੀ ਵਾਹ, ਬਾ ਠੀਕ ਆ। ਹਾਂ ਬਿਲਕੁਲ ਤਾਜ਼ੀ ਹੈ ਜੀ, ਨਹੀਂ ਨਹੀਂ ਠੀਕ ਠੀਕ ਹੈ, ਸੋਹਣੀ ਝੋਟੀ ਬਾਈ ਜੀ, ਸੋਹਣੀ ਨਹੀਂ ਠੀਕ ਹੈ ਜੀ। ਹਾਂ ਬਿਲਕੁਲ, ਹਾਂ ਬਹੁਤ ਕੁਆਲਿਟੀ ਝੋਟੀ ਆ, ਸੋਹਣੀ ਝੋਟੀ ਪੂਰੀ। ਬਾ ਠੀਕ ਹੈ ਜੀ, ਚੁਆਜੂ ਵਧੀਆ ਜੀ। ਚਲੋ ਹਾਂਜੀ ਬਾਈ ਜੀ, ਫਿਰ ਬੋਲੋ। ਠੀਕ ਠੀਕ ਹੈ ਜੀ, ਠੀਕ ਹੈ, ਲੈ ਚਲੋ। ਇਹ ਬੱਚਾ ਮਗਰ ਇਹਨਾਂ ਦੋਵਾਂ ਦੇ ਕੱਟੇ ਜੀ, ਇਹ ਵੀ ਦੇਖੋ, ਇਹ ਵੀ ਝੋਟੀ ਬਹੁਤ ਸੋਹਣੀ ਆ, ਥੱਲੋ ਬਹੁਤ ਸਾਫ ਝੋਟੀ ਨਾਲੇ। ਅੱਛਾ ਕਰੋ ਜੀ, ਇਹ ਵੀ ਬਾ ਠੀਕ ਹੈ ਜੀ, ਤੋਰ ਲਓ ਮਾੜੀ ਲੰਮੀ, ਠੀਕ ਹੈ। ਚੁਆਜੂ ਵਧੀਆ ਭਾਅ ਜੀ ਇਹਦਾ ਵੀ? ਚਲੋ ਨਾ ਬਿਲਕੁਲ ਜੀ, ਬਿਲਕੁਲ ਨਹੀਂ ਨਹੀਂ, ਬਹੁਤ ਸੋਹਣੀ ਝੋਟੀ ਹੈ ਜੀ, ਇਹ ਵੀ ਥਾਣੀ ਬੜਾ ਕੁਆਲਿਟੀ ਲੱਗਾ। ਤੇ ਭਾਅ ਜੀ ਫਿਰ ਇਹਦੀ ਕੀਮਤ ਆ? 67,000 ਅੱਛਾ, ਉਧਰੋਂ ਆਈ ਹੈ ਜੀ, ਲਈ ਆਪਾਂ ਇਧਰੋਂ ਆ, ਹਾਂਜੀ ਗਿਆਰਾਂ 12 ਕਿਲੋ, ਵਾਹ ਜੀ ਵਾਹ, ਜਾ ਨਸਲ ਆ ਪੂਰੀ ਝੋਟੀ ਦੇ, 11-12 ਕਿਲੋ ਸਟਾਰਟਿੰਗ ਹੀ ਹੈ ਨਾਲੇ, ਪੂਰੀ ਵੱਡੀ ਬਿਲਕੁਲ ਜੀ, ਨਹੀਂ ਨਹੀਂ ਸੋਹਣੀ ਬਾਜੀ ਦਿਖੀ ਜਾਂਦੀ ਹੈ, ਦਿਖੀ ਜਾਂਦੀ ਦਿਖੀ ਦਿਖੀ ਜਾਂਦੀ ਜੀ। ਅਤੇ ਸੁੱਖਾ ਜੀ ਫਿਰ ਇਹਦੀ ਰੇਟ ਬਾਈ ਜੀ ਫਿਰ? ਲਾਓ ਫਿਰ ਤੁਸੀਂ, ਕੋਈ ਨੀ, ਮੈਂ ਹੁਣ ਬਾਈ ਜੀ ਕੀ ਲਾਵਾਂ, ਤੁਹਾਡਾ ਰੇਟ ਪਹਿਲੇ ਜਾਇਜ਼ ਹੁੰਦਾ, ਠੀਕ ਆ, ਹੈਗੇ ਚਲੋ ਚਲੋ ਠੀਕ ਹੈ ਜੀ। ਹਾਂਜੀ ਅੱਛਾ ਜੀ, ਹਾਂਜੀ ਕੱਲ ਦੀ ਸੂਈ ਹੈ ਜੀ, ਸੂਆ ਬਾਈ ਜੀ ਇਹ ਦੂਸਰਾ ਸੂਏ, ਇੱਧਰ ਇਹ ਵੀ ਲੋਕਲ ਹੀ ਹੈ ਨਾ, ਨੱਥ ਪਾਈ ਹੈ, ਹਾਂ ਲਓ ਜੀ, ਬਾਕੀ ਸਾਰਾ ਬਾਈ ਨੇ ਮਾਲ ਲੋਕਲ ਹੀ ਦਿੰਦੇ ਆ। ਅਤੇ ਵੇਖੋ ਕਿੱਡਾ ਸੋਹਣਾ ਮਾਲ ਲੋਕਲ ਹੀ, ਵੇਖੋ ਕਿੱਡੇ ਸੋਹਣੇ ਸੋਹਣੇ ਝੋਟੀਆਂ। ਚਲੋ ਕਈ ਤੁਹਾਨੂੰ ਪਤਾ ਉੱਧਰ ਮਾਲ ਤੁਰਿਆ ਵੀ ਆਉਂਦਾ, ਗਾਹ ਅਗਲੇ ਸੂਏ ਤੋਂ ਸੇਲ ਕਰ ਦਿੰਦੇ, ਪਰ ਉਹ ਬਾਈ ਹੁਣੇ ਇਹ ਚੱਕ ਲੈਂਦੇ ਆ, ਚੈੱਕ ਕਰੋ। ਅਤੇ ਬਾਈ ਜੀ ਕਿੰਨਾ ਦੁੱਧ ਆ? 10 ਕਿਲੋ ਗੋਲਾ ਹੋਊਗਾ।
ਅੱਛਾ 10 ਕੋ ਬੋਲਾ ਬਿਲਕੁਲ ਜਿਹੜਾ ਵਧੀਆ ਅੱਛਾ ਜੀ ਕਹਿਣ ਵਾਲਾ ਨਹੀਂ ਥਲੇ ਕੋਹਾ ਜਾਣਾ ਹਾਂ ਲਓ ਜੀ 10 ਕਿਲੋ ਇਹਦੇ ਚ ਭੈੜਵਾ ਆਪਾਂ 10 ਦੇਣਾ ਫੋਨ ਤੇ ਬਿਲਕੁਲ ਜੀ ਠੀਕ ਆ ਆ ਚੈੱਕ ਕਰੋ ਬਾ ਠੀਕ ਹੈ ਜੀ ਹਾਂਜੀ ਨਾਨੀਆਂ ਨੂੰ ਥੋੜਾ ਕਿ ਟੋਨ ਲੱਗਿਆ ਘੂਰਦੀ ਆ ਬੰਦੇ ਵਾਲੇ ਫੋਨ ਕਰੇ ਸਾਨੂੰ ਜਿਹਨੇ ਅੱਛਾ ਕਿਉਂਕਿ ਮੁੜ ਕੇ ਜਾਨੀ ਕਿ ਇਹਦੇ ਸੱਟ ਲਾ ਦੇ ਹਾਂਜੀ ਨਹੀਂ ਕਿਉਂਕਿ ਉਪਰਾ ਉਹਦਾ ਟੋਨ ਲੱਗਿਆ ਕੁਝ ਨਹੀਂ ਕਰਦੀ ਹਾਂਜੀ ਤੇ ਜਦੋਂ ਬੱਚਾ ਜਿਹੜੀ ਮੜਦਾ ਸਿੰਘ ਜਾਲ ਹੁੰਦੀ ਆ ਹਾਂ ਕਰ ਕੇ ਜਨਾਨੀ ਕੇ ਦੀ ਟੋਨ ਬੈਠੀ ਮਤਲਬ ਡੇਰੀ ਮਤਲਬ ਦੀ ਆ ਡੇਰੀ ਦੇ ਮਤਲਬ ਕੋਈ ਜਿਹੜੇ ਬੰਦੇ ਚੁੰਦੇ ਉਹ ਫੋਨ ਆਪਾਂ ਨੂੰ ਲਾਉਣਾ ਚਲੋ ਚਲੋ ਠੀਕ ਆ ਠੀਕ ਆ ਤੇ ਕੀਮਤ ਇਹਦੀ ਵਾਜਬ ਆ ਹਾਂਜੀ 55500 ਜੋੜ ਵਾਹ ਜੀ ਵਾਹ ਨਹੀਂ ਸੇ ਜੈ ਜੀ ਆ ਜੀ ਵੇਲੋ ਮੈਂ ਨਾ ਨਾ ਬਿਲਕੁਲ ਬਿਲਕੁਲ ਭਾਜੀ ਜੈ ਜੀ ਨਹੀਂ ਆਪਾਂ ਬਾਤ ਹੀ ਭਾਜੀ ਹਾਂਜੀ ਤੇਰੇ ਨੇ ਸਿਰ ਜਾ ਆਉਂਦਾ ਪਰ ਤੂੰ ਅਗਲਾ ਨੂੰ ਥੋੜੀ ਖਾਂ ਹੁੰਦਾ ਹੁੰਦਾ ਨਹੀਂ ਠੀਕ ਹੈ ਚੋਣ ਦੀ ਇੱਕ ਨੰਬਰ ਦੀ ਚਲੋ ਠੀਕ ਆ ਦੁੱਧ ਵੀ ਝੋਟੀ ਹੋ ਵਧੀਆ ਇੱਕ ਵੈੜ ਵਾਉ ਬਾਹਰ ਆ ਜਾ ਆ ਜਾ ਤੇ ਭਾਜੀ ਇਹ ਸੂਆ ਜੀ ਇਹਦਾ ਸੂਆ ਵੀਰ ਜੀ ਦੂਜਾ ਵਾ ਤੇ ਪਰ ਅਜੇ ਦੀ ਚੌਕੀ ਆ ਮੰਗਾ ਅੱਛਾ ਇਹ ਵੇਖੋ ਪਿੰਡੋਂ ਲਈ ਬੱਚੀ ਆਪਾਂ ਦੋ ਦਿਨੇ 17 ਕਿਲੋ ਪਹਿਲੇ ਸੂਏ ਕੱਢਿਆ ਨਹੀਂ ਚਾਰ ਬਿਲਕੁਲ ਚਾਰ ਦਾ ਹੁੰਦਾ ਜੀ ਦੂਜੇ ਤੋਂ ਕੀਰੀ ਸੂਈ ਅੱਛਾ ਜੀ 17 ਕਿਲੋ ਚੋਇਆ ਨਾ ਦਿਨ 10-12 ਕੱਢਦੀ ਬਹੁਤ ਸੰਭਾਲ ਹੈ ਭਾਜੀ ਹੈ ਤੇ ਦੁੱਧ ਭਾਜੀ ਕਿਹਨੇ ਕੀਤਾ ਇਹਨੇ 17 ਕਿਲੋ ਭਾਜੀ ਜਿਹੜਾ ਕੰਡੇ ਦਾ ਤੋਲ ਆ ਕੰਡੇ ਵਾਲਾ ਉਹ ਅਸੀਂ ਕੀਤਾ ਲਈਏ ਬੱਚੀ ਇਹਦੇ ਲਾਂਭੋ ਨਹੀਂ ਲਈ ਬਾਕੀ ਉਮਰ ਜਮਾ ਤੇ ਕਿਸੇ ਨੇ ਸੂਆ ਪੀਤਾ ਲੈ ਚਲੋ ਤਾਂ ਤੂੰ ਬੜਾ ਲੱਗਾ ਦਿਨ 10 ਕੱਢਦੀ ਹੈ ਤਾਂ ਠੀਕ ਆ ਤੇ ਭਾਜੀ ਫਿਰ ਇਹਦੀ ਕੀਮਤ ਇਹਦੀ ਕੀਮਤ ਵੀਰ ਜੀ 41000 ਤੇ 500 ਜੋੜ 41500 ਮਤਲਬ 40 ਦੇ ਦੋ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਚਲੋ ਲਾਸਟ ਵਾਲੇ ਪੀਸ ਦੀ ਹੈ ਜੀ ਬੱਚੀ ਪਰ ਬੜੀ ਜ਼ਿਆਦੀ ਚੰਗੀ ਨਹੀਂ ਠੀਕ ਠੀਕ ਹੈ ਬਾਈ ਜਾਨ ਤੁਹਾਨੂੰ ਬੜਾ ਸਾਂਭੀ ਸੁਤੀ ਆ ਹਾਂਜੀ ਸੇਵਾ ਬੜੀ ਉਹਨਾਂ ਬੰਦਿਆਂ ਦੀ ਚਲੋ ਚਲੋ ਠੀਕ ਨੰਬਰ ਇਹੋ ਮਾਲ ਵੀਰ ਜੀ ਆਪਣੇ ਕੋਲ ਤੇ ਪਿੰਡ ਆਪਣਾ ਚੋਂਗਾ ਹਾਂਜੀ ਸੁੱਖਾ ਨਾਮ ਮੇਰਾ ਤੇ ਨੰਬਰ 8878848166 ਠੀਕ ਕੋਈ ਵੀ ਵੀਰ ਭਰਾ ਆ ਕੇ ਦੋੜਾਂ ਕੇ ਚੋਗੇ ਖੜੇ ਤਿੰਨ ਬਿਲਕੁਲ ਜੀ ਸਤਿ ਸ਼੍ਰੀ ਅਕਾਲ